ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਸ਼ਿਵ ਕੁਮਾਰ ਬਟਾਲਵੀ ਜੀ ਦੀ ਕਵਿਤਾ ਹੈ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ, ਉਹ ਮੈਂ ਤੁਹਾਨੂੰ ਅੱਜ ਪੜ੍ਹ ਕੇ ਸੁਣਾਉਣਾ। ਬਹੁਤ ਹੀ ਛੋਟੀ ਜਿਹੀ ਕਵਿਤਾ ਹੈ। ਕਰਤਾਰਪੁਰ ਵਿੱਚ ਘੁੰਮ ਚਾਰੇ ਚੱਕ ਜਹਾਨ ਦੇ, ਜਦ ਘਰ ਆਇਆ ਕਰਤਾਰ, ਕਰਤਾਰਪੁਰੇ ਦੀ ਨਗਰੀ ਜਿਹਦੇ ਗੱਲ ਰਾਵੀ ਦਾ ਹਾਰ, ਜਿਹਦੇ ਝਮ ਝਮ ਪਾਣੀ ਲਿਸ਼ਕਦੇ, ਜਿਹਦੀ ਚਾਂਦੀ ਵੰਨੀ ਧਾਰ, ਲਾਹ ਬਾਣਾ ਜੋਗ ਫਕੀਰ ਦਾ ਮੁੜ ਮੱਲਿਆ ਆ ਸੰਸਾਰ, ਕਦੀ ਮੰਜੀ ਬਹਿ ਅਵਤਾਰੀਆਂ ਕਰੇ ਦਸ ਨੂੰਆਂ ਦੀ ਕਾਰ, ਉਹਦੀ ਜੀਬ ਜਪਜੀ ਬੈਠਿਆਂ ਤੇ ਅੱਖੀ ਨਾਮ ਕੁਮਾਰ। ਸੁਣ ਸੋਭਾ ਰੱਬ ਦੇ ਜੀਵ ਦੀ, ਆ ਜੁੜਿਆ ਕੁੱਲ ਸੰਸਾਰ, ਤਦ ਕੁੱਲ ਜਗ ਚਾਨਣ ਹੋ ਗਿਆ ਤੇ ਮਿਟੇ ਕੂੜ ਅੰਧਿਆਰ, ਚੌਂ ਕੁਟੇ ਸ਼ਬਦ ਇਹ ਗੂੰਜਿਆ, ਉਹ ਰੱਬ ਹੈ ਇੱਕ ਓਂਕਾਰ, ਉਹ ਰੱਬ ਹੈ ਇੱਕ ਓਂਕਾਰ, ਉਹ ਰੱਬ ਹੈ ਇੱਕ ਓਂਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।